ਪਤਾ ਨਹੀਂ ਭਾਈ ਸ਼ਾਰਟ ਸਰਕਟ ਕਰਕੇ ਹੋ ਸੀ, ਪਤਾ ਨਹੀਂ ਸਾਨੂੰ ਨਹੀਂ ਲੱਗਾ ਪਤਾ। ਇਲੈਕਟ੍ਰੋਨਿਕ ਦਾ ਗੋਦਾਮ ਆ ਉਹਦੇ ਵਿੱਚ ਅੱਗ ਲੱਗੀ ਹੈ ਤੇ ਸ਼ਾਰਟ ਸਰਕਟ ਹੋਣ ਕਰਕੇ ਅਲੀਵਾ ਰੋਡ ਦੇ ਜੀ ਅਜੇ ਇਲੈਕਟ੍ਰੋਬਲ ਦਾ ਗੋਦਾਮ ਆ, ਉਹਨੂੰ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ। ਅਸੀਂ ਇੱਥੇ ਮੌਕੇ 'ਤੇ ਪਹੁੰਚੇ ਹਾਂ, ਫਾਇਰ ਬ੍ਰਿਗੇਡ ਨੂੰ ਬੁਲਾਇਆ ਵਾ, ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗੀ। ਇਲੈਕਟ੍ਰੋਬਲ ਆ ਜੀ ਇਹ ਏਸੀ ਦੇ ਫਰਿੱਜਾਂ ਵਾ, ਏਸੀ ਆ, ਬਾਕੀ ਉਹ ਹੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਨਿਕ ਦਾ, 7.5 ਦੇ ਕਰੀਬ ਆ ਜੀ। ਅਲੀਵਾ ਰੋਡ ਹੈ ਜੀ, ਪਤਾ ਨਹੀਂ ਭਾਈ ਸ਼ਾਰਟ ਸਰਕਟ ਕਰਕੇ ਹੋ ਸੀ, ਪਤਾ ਨਹੀਂ ਸਾਨੂੰ ਨਹੀਂ ਲੱਗਾ ਪਤਾ। ਆ ਗਏ ਟਾਈਮ ਸਿਰ, ਬਚਾਅ ਦੇ ਟਾਈਮ ਦੇ ਟਾਈਮ ਇਲੈਕਟ੍ਰੋਨਿਕਸ, ਪਤਾ ਨਹੀਂ ਇਹਦੇ ਚੈੱਕ ਕਰਾਂ ਕੀ ਨੁਕਸਾਨ ਕੀ ਨਹੀਂ। ਤਕਰੀਬਨ 20-25 ਰੱਖਦੇ ਸਮਾਨ ਹੈ ਇਹ ਮੇਰੇ ਕੋਲ, ਤਾਂ ਦਾ 8 ਵਜੇ ਲੱਗੇ ਤੇ ਅੱਗ ਲੱਗੀ ਨਾਲ ਹੀ ਬੰਦ ਲੱਗਿਆ, ਅੱਗ ਜ਼ਿਆਦਾ ਸੀ ਫਿਰ ਅੱਗੇ ਵਿਚਾਰ ਰਿਹਾ ਕਾਫੀ। ਓਂਕਾਰ ਸਿੰਘ ਫਾਇਰ ਅਫਸਰ ਬਟਾਲਾ ਜੀ, ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਹੈ ਜੀ, ਇੱਕ ਅਲੀਵਾਲ ਰੋਡ ਤੇ ਗਿੱਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗੋਦਾਮ ਆ ਉਹਦੇ ਵਿੱਚ ਅੱਗ ਲੱਗੀ ਹੈ ਤੇ ਤਕਰੀਬਨ ਸਾਨੂੰ 8:07 ਤੇ ਸੂਚਨਾ ਮਿਲੀ ਆ। ਮੌਕੇ ਤੇ ਅਸੀਂ 2 ਗੱਡੀਆਂ ਲੈ ਕੇ ਆਏ ਹਾਂ ਤੇ ਅੱਗ ਦੀਆਂ ਨੇ ਸਟਾਰਟ ਕੀਤੀ ਆ ਤੇ ਸਾਨੂੰ 4 ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ 'ਚ ਹੈ। ਨੁਕਸਾਨ ਦਾ ਤਾਂ ਏਦਾਂ ਕੁਛ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਜਿਹੜੀ ਕੀ ਕੋਸਟ ਆ ਮਾਲਕਾਂ ਨੂੰ ਪਤਾ ਹੋ ਸਕਦੀ ਆ। ਏਸੀ ਵੀ ਆ, ਫਰਿੱਜ ਵੀ ਆ, ਹੋਰ ਵੀ ਬਿਜਲੀ ਦਾ ਕਈ ਤਰ੍ਹਾਂ ਦਾ ਸਮਾਨ। ਹਾਂਜੀ ਨਹੀਂ ਇਹ ਹਾਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕਦੇ ਜੀ, ਅਸੀਂ ਤਾਂ ਸਿਰਫ ਅੱਗ ਬੁਝਾਉਣ 'ਤੇ ਲੱਗੇ ਹਾਂ। ਪਤਾ ਨਹੀਂ ਭਾਈ ਸ਼ਾਰਟ ਸਰਕਟ ਕਰਕੇ ਹੋ ਸੀ, ਪਤਾ ਨਹੀਂ ਸਾਨੂੰ ਨਹੀਂ ਲੱਗਾ ਪਤਾ। ਇਲੈਕਟ੍ਰੋਨਿਕ ਦਾ ਗੋਦਾਮ ਆ ਉਹਦੇ ਵਿੱਚ ਅੱਗ ਲੱਗੀ ਹੈ ਤੇ ਸ਼ਾਰਟ ਸਰਕਟ ਹੋਣ ਕਰਕੇ ਅਲੀਵਾ ਰੋਡ ਤੇ ਜੀ ਅਜੇ ਇਲੈਕਟ੍ਰੋਬਲ ਦਾ ਗੋਦਾਮ ਆ, ਉਹਨੂੰ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ। ਅਸੀਂ ਇੱਥੇ ਮੌਕੇ 'ਤੇ ਪਹੁੰਚੇ ਹਾਂ, ਫਾਇਰ ਬ੍ਰਿਗੇਡ ਨੂੰ ਬੁਲਾਇਆ ਵਾ, ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗੀ। ਇਲੈਕਟ੍ਰੋਬਲ ਆ ਜੀ ਇਹ ਏਸੀ ਦੇ ਫਰਿੱਜਾਂ ਵਾ, ਏਸੀ ਆ, ਬਾਕੀ ਉਹ ਹੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਨਿਕ ਦਾ, 7.5 ਦੇ ਕਰੀਬ ਆ ਜੀ। ਅਲੀਵਾ ਰੋਡ ਹੈ ਜੀ, ਪਤਾ ਨਹੀਂ ਭਾਈ ਸ਼ਾਰਟ ਸਰਕਟ ਕਰਕੇ ਹੋ ਸੀ, ਪਤਾ ਨਹੀਂ ਸਾਨੂੰ ਨਹੀਂ ਲੱਗਾ ਪਤਾ। ਆ ਗਏ ਟਾਈਮ ਸਿਰ, ਬਚਾਅ ਦੇ ਟਾਈਮ ਦੇ ਟਾਈਮ ਇਲੈਕਟ੍ਰੋਨਿਕਸ, ਪਤਾ ਨਹੀਂ ਇਹਦੇ ਚੈੱਕ ਕਰਾਂ ਕੀ ਨੁਕਸਾਨ ਕੀ ਨਹੀਂ। ਤਕਰੀਬਨ 20-25 ਰੱਖਦੇ ਸਮਾਨ ਹੈ ਇਹ ਮੇਰੇ ਕੋਲ, ਤਾਂ ਦਾ 8 ਵਜੇ ਲੱਗੇ ਤੇ ਅੱਗ ਲੱਗੀ ਨਾਲ ਹੀ ਬੰਦ ਲੱਗਿਆ, ਅੱਗ ਜ਼ਿਆਦਾ ਸੀ ਫਿਰ ਅੱਗੇ ਵਿਚਾਰ ਰਿਹਾ ਕਾਫੀ। ਓਂਕਾਰ ਸਿੰਘ ਫਾਇਰ ਅਫਸਰ ਬਟਾਲਾ ਜੀ, ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਹੈ ਜੀ, ਇੱਕ ਅਲੀਵਾਲ ਰੋਡ ਤੇ ਗਿੱਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗੋਦਾਮ ਆ ਉਹਦੇ ਵਿੱਚ ਅੱਗ ਲੱਗੀ ਹੈ ਤੇ ਤਕਰੀਬਨ ਸਾਨੂੰ 8:07 ਤੇ ਸੂਚਨਾ ਮਿਲੀ ਆ। ਮੌਕੇ ਤੇ ਅਸੀਂ 2 ਗੱਡੀਆਂ ਲੈ ਕੇ ਆਏ ਹਾਂ ਤੇ ਅੱਗ ਦੀਆਂ ਨੇ ਸਟਾਰਟ ਕੀਤੀ ਆ ਤੇ ਸਾਨੂੰ 4 ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ 'ਚ ਹੈ। ਨੁਕਸਾਨ ਦਾ ਤਾਂ ਏਦਾਂ ਕੁਛ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਜਿਹੜੀ
ਕੀ ਕੋਸਟ ਹੈ ਮਾਲਕਾਂ ਨੂੰ ਪਤਾ ਕਰ ਸਕਦੇ ਹਾਂ। ਏਸੀ ਵੀ ਹੈ, ਫਰਿੱਜ ਵੀ ਹੈ, ਹੋਰ ਵੀ ਬਿਜਲੀ ਦਾ ਕਈ ਤਰ੍ਹਾਂ ਦਾ ਸਮਾਨ। ਹਾਂਜੀ, ਨਹੀਂ ਇਹ ਹਾਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕਦੇ, ਅਸੀਂ ਤਾਂ ਸਿਰਫ ਅੱਗ ਬੁਝਾਉਣ ਤੇ ਲੱਗੇ ਹਾਂ।